ਫਿਰੋਜ਼ਪੁਰ ਜੇਲ੍ਹ ਦੇ ਵਿੱਚ ਜੋ 43,000 ਕਾਲਰ ਨੂੰ ਲੈ ਕੇ ਮਾਮਲਾ ਸਾਹਮਣੇ ਆ ਰਿਹਾ, ਉਸ ਨੂੰ ਲੈ ਕੇ ਲਗਾਤਾਰ ਸਵਾਲ ਜਿਹੜੇ ਆਮ ਆਦਮੀ ਪਾਰਟੀ ਤੇ ਉੱਠ ਰਹੇ ਨੇ। ਤੇ ਦੱਸਦੇ ਕਿ ਹੁਣ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਵੀ ਟਵੀਟ ਕੀਤਾ ਗਿਆ ਤੇ ਉਹਨਾਂ ਨੇ ਤਿੱਖੇ ਨਿਸ਼ਾਨੇ ਹੁਣ ਫਿਰ ਤੋਂ ਸਾਦੇ ਨੇ, ਤੇ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਲਿਖਿਆ ਗਿਆ ਹੈ ਕਿ ਜੇਲ੍ਹਾਂ ਤੋਂ ਕੀਤੀਆਂ 43,000 ਕਾਲਾਂ ਕਿਉਂਕਿ 2G ਜੈਮਰ 5G ਫੋਨਾਂ ਦੇ ਵਿਰੁੱਧ ਜੇਲ੍ਹਾਂ ਨੂੰ ਸੈਨੇਟਾਈਜ਼ ਨਹੀਂ ਕਰ ਸਕਦੇ ਤੇ ਇਸ਼ਤਿਹਾਰ ਅਤੇ ਸੈਂਕੜੇ ਕਰੋੜ ਬਰਬਾਦ ਕਰਨ ਦੀ ਬਜਾਏ ਆਪਣੀ ਨਿੱਜੀ ਸੁਰੱਖਿਆ ਲਈ ਭਗਵੰਤ ਮਾਨ ਵਰਗੇ 5G ਜੈਮਰ ਲਗਾਉਣ ਦੀ ਪ੍ਰਤੀ ਜੇਲ੍ਹ 1 ਕਰੋੜ ਕਿਉਂ ਨਹੀਂ ਖਰਚਦੇ? ਖਾਮੀਆਂ ਨੂੰ ਦੂਰ ਕਰੋ ਅਤੇ ਪ੍ਰਭਾਵ ਬੰਦ ਹੋ ਜਾਵਾਂਗੇ। ਕੀ ਇੱਕ ਅਸਫਲ ਜੇਲ੍ਹ ਮੰਤਰੀ ਆਪਣੀਆਂ ਗਲਤੀਆਂ ਨੂੰ ਸਵੀਕਾਰ ਕਰਕੇ ਉਹਨਾਂ ਨੂੰ ਸੁਧਾਰਨ ਲਈ ਤਿਆਰ ਹੈ? ਦੱਸ ਦਈਏ ਕਿ ਜਿਹੜੇ ਸਵਾਲ ਨੇ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਕੀਤੇ ਗਏ ਨੇ ਅਤੇ ਉਹਨਾਂ ਨੇ ਪੰਜਾਬ ਸਰਕਾਰ ਤੇ ਮੁੜ ਤੋਂ ਸਵਾਲ ਕੀਤੇ ਨੇ ਅਤੇ ਉਹਨਾਂ ਦੇ ਵੱਲੋਂ ਇਹ ਜਿਹੜੀ 43,000 ਕਾਲਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਤੇ ਤਿੱਖੇ ਨਿਸ਼ਾਨੇ ਸਾਧੇ ਗਏ ਕਿ ਜੇਲ੍ਹਾਂ ਤੋਂ ਕੀਤੀਆਂ 43,000 ਕਾਲਾਂ ਕਿਉਂਕਿ 2G ਜੈਮਰ 5G ਫੋਨਾਂ ਦੇ ਵਿਰੁੱਧ ਜੇਲ੍ਹਾਂ ਨੂੰ ਸੈਨੇਟਾਈਜ਼ ਨਹੀਂ ਕਰ ਸਕਦੇ ਤੇ ਇਸ਼ਤਿਹਾਰ ਅਤੇ ਸੈਂਕੜੇ ਕਰੋੜ ਬਰਬਾਦ ਕਰਨ ਦੀ ਬਜਾਏ ਆਪਣੀ ਨਿੱਜੀ ਸੁਰੱਖਿਆ ਲਈ ਭਗਵੰਤ ਮਾਨ ਵਰਗੇ 5G ਜੈਮਰ ਲਗਾਉਣ ਦੀ ਪ੍ਰਤੀ ਜੇਲ੍ਹ 1 ਕਰੋੜ ਕਿਉਂ ਨਹੀਂ ਖਰਚਦੇ? ਖਾਮੀਆਂ ਨੂੰ ਦੂਰ ਕਰੋ ਅਤੇ ਪ੍ਰਭਾਵ ਬੰਦ ਹੋ ਜਾਵਾਂਗੇ। ਕੀ ਇੱਕ ਅਸਫਲ ਜੇਲ੍ਹ ਮੰਤਰੀ ਆਪਣੀਆਂ ਗਲਤੀਆਂ ਨੂੰ ਸਵੀਕਾਰ ਕਰਕੇ ਉਹਨਾਂ ਨੂੰ ਸੁਧਾਰਨ ਲਈ ਤਿਆਰ ਹੈ? ਦੱਸ ਦਈਏ ਕਿ ਜਿਹੜੇ ਸਵਾਲ ਨੇ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਕੀਤੇ ਗਏ ਨੇ ਅਤੇ ਉਹਨਾਂ ਨੇ ਪੰਜਾਬ ਸਰਕਾਰ ਤੇ ਮੁੜ ਤੋਂ ਸਵਾਲ ਕੀਤੇ ਨੇ ਅਤੇ ਉਹਨਾਂ ਦੇ ਵੱਲੋਂ ਇਹ ਜਿਹੜੀ 43,000 ਕਾਲਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਤੇ ਤਿੱਖੇ ਨਿਸ਼ਾਨੇ ਸਾਧੇ ਗਏ ਕਿ ਜੇਲ੍ਹਾਂ ਤੋਂ ਕੀਤੀਆਂ 43,000 ਕਾਲਾਂ ਕਿਉਂਕਿ 2G ਜੈਮਰ 5G ਫੋਨਾਂ ਦੇ ਵਿਰੁੱਧ ਜੇਲ੍ਹਾਂ ਨੂੰ ਸੈਨੇਟਾਈਜ਼ ਨਹੀਂ ਕਰ ਸਕਦੇ ਤੇ ਇਸ਼ਤਿਹਾਰ ਅਤੇ ਸੈਂਕੜੇ ਕਰੋੜ ਬਰਬਾਦ ਕਰਨ ਦੀ ਬਜਾਏ ਆਪਣੀ ਨਿੱਜੀ ਸੁਰੱਖਿਆ ਲਈ ਭਗਵੰਤ ਮਾਨ ਵਰਗੇ 5G ਜੈਮਰ ਲਗਾਉਣ ਦੀ ਪ੍ਰਤੀ ਜੇਲ੍ਹ 1 ਕਰੋੜ ਕਿਉਂ ਨਹੀਂ ਖਰਚਦੇ? ਖਾਮੀਆਂ ਨੂੰ ਦੂਰ ਕਰੋ ਅਤੇ ਪ੍ਰਭਾਵ ਬੰਦ ਹੋ ਜਾਵਾਂਗੇ। ਕੀ ਇੱਕ ਅਸਫਲ ਜੇਲ੍ਹ ਮੰਤਰੀ ਆਪਣੀਆਂ ਗਲਤੀਆਂ ਨੂੰ ਸਵੀਕਾਰ ਕਰਕੇ ਉਹਨਾਂ ਨੂੰ ਸੁਧਾਰਨ ਲਈ ਤਿਆਰ ਹੈ? ਦੱਸ ਦਈਏ ਕਿ ਜਿਹੜੇ ਸਵਾਲ ਨੇ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਕੀਤੇ ਗਏ ਨੇ ਅਤੇ ਉਹਨਾਂ ਨੇ ਪੰਜਾਬ ਸਰਕਾਰ ਤੇ ਮੁੜ ਤੋਂ ਸਵਾਲ ਕੀਤੇ ਨੇ ਅਤੇ ਉਹਨਾਂ ਦੇ ਵੱਲੋਂ ਇਹ ਜਿਹੜੀ 43,000 ਕਾਲਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਤੇ ਤਿੱਖੇ ਨਿਸ਼ਾਨੇ ਸਾਧੇ ਗਏ ਨੇ ਕਿ ਜੇਲ੍ਹਾਂ ਤੋਂ ਕੀਤੀਆਂ 43,000 ਕਾਲਾਂ ਕਿਉਂਕਿ 2G ਜੈਮਰ 5G ਫੋਨਾਂ ਦੇ ਵਿਰੁੱਧ ਜੇਲ੍ਹਾਂ ਨੂੰ ਸੈਨੇਟਾਈਜ਼ ਨਹੀਂ ਕਰ ਸਕਦੇ ਤੇ ਇਸ਼ਤਿਹਾਰ ਅਤੇ ਸੈਂਕੜੇ ਕਰੋੜ ਬਰਬਾਦ ਕਰਨ ਦੀ ਬਜਾਏ ਆਪਣੀ ਨਿੱਜੀ ਸੁਰੱਖਿਆ ਲਈ ਭਗਵੰਤ ਮਾਨ ਵਰਗੇ 5G ਜੈਮਰ ਲਗਾਉਣ ਦੀ ਪ੍ਰਤੀ ਜੇਲ੍ਹ 1 ਕਰੋੜ ਕਿਉਂ ਨਹੀਂ ਖਰਚਦੇ? ਖਾਮੀਆਂ ਨੂੰ ਦੂਰ ਕਰੋ ਅਤੇ ਪ੍ਰਭਾਵ ਬੰਦ ਹੋ ਜਾਵਾਂਗੇ। ਕੀ ਇੱਕ ਅਸਫਲ ਜੇਲ੍ਹ ਮੰਤਰੀ ਆਪਣੀਆਂ ਗਲਤੀਆਂ ਨੂੰ ਸਵੀਕਾਰ ਕਰਕੇ ਉਹਨਾਂ ਨੂੰ ਸੁਧਾਰਨ ਲਈ ਤਿਆਰ ਹੈ? ਦੱਸ ਦਈਏ ਕਿ ਜਿਹੜੇ ਸਵਾਲ ਨੇ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਕੀਤੇ ਗਏ ਨੇ ਅਤੇ ਉਹਨਾਂ ਨੇ ਪੰਜਾਬ ਸਰਕਾਰ ਤੇ ਮੁੜ ਤੋਂ ਸਵਾਲ ਕੀਤੇ ਨੇ ਅਤੇ ਉਹਨਾਂ ਦੇ ਵੱਲੋਂ ਇਹ ਜਿਹੜੀ 43,000 ਕਾਲਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਤੇ ਤਿੱਖੇ ਨਿਸ਼ਾਨੇ ਸਾਧੇ ਗਏ ਨੇ।